ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਸ਼ੁਰੂ ਕਰਦੇ ਹਾਂ ਅੱਜ ਦੇ, ਯਾਨੀ ਕਿ 13 ਮਈ ਦੇ ਕਰੰਟ ਅਫੇਅਰ ਦੇ ਨਾਲ। ਮੇਰਾ ਨਾਮ ਅਰਸ਼ਦੀਪ, ਮੈਂ ਇਸ ਮਾਸਟਰ ਕਲਾਸਿਸ ਪਲੇਟਫਾਰਮ ਦੇ ਉੱਪਰ ਫੈਕਲਟੀ ਮੈਂਬਰ ਹਾਂ ਅਤੇ ਮੈਂ ਆਪਣੀ ਕੋਚਿੰਗ ਵੀ ਇਸ ਇੰਸਟੀਟਿਊਟ ਤੋਂ ਲਈ ਹੈ। ਅੱਗੇ ਚੱਲਦੇ ਹਾਂ। ਪਹਿਲੀ ਨਿਊਜ਼ ਆ ਗਈ ਆਪਣੀ, WTO ਦੀ ਜਿਹੜੀ ਮਿਨਿਸਟਰੀਅਲ ਮੀਟਿੰਗ ਆਫ ਡਿਵੈਲਪਿੰਗ ਕੰਟਰੀਜ਼ ਹੈ, ਇਹ ਇਸ ਵਾਰ ਇੰਡੀਆ ਦੇ ਨਿਊ ਦਿੱਲੀ ਸ਼ਹਿਰ ਦੇ ਵਿੱਚ ਹੋਣ ਜਾ ਰਹੀ ਹੈ। ਕੁਝ ਕੁ ਆਪਾਂ WTO ਦੇ ਬਾਰੇ ਗੱਲਾਂ ਪੜ੍ਹਦੇ ਹਾਂ। WTO ਨੂੰ 1995 ਦੇ ਵਿੱਚ ਅਸਟੈਬਲਿਸ਼ ਕਰਿਆ ਗਿਆ ਸੀਗਾ ਮਾਰਕੇਸ਼ ਟ੍ਰੀਟੀ ਦੇ ਅੰਡਰ। ਇਹਦਾ ਹੈੱਡਕੁਆਟਰ ਜਨੇਵਾ ਦੇ ਵਿੱਚ ਹੈ। ਇੰਡੀਆ ਵੀ ਇਹਦਾ ਮੈਂਬਰ ਹੈ। ਇਹਦੀ ਜਿਹੜੀ ਮੀਟਿੰਗ ਹੁੰਦੀ ਹੈ ਉਹਦੇ ਉਸ ਮੀਟਿੰਗ ਵਿੱਚ ਇੰਡੀਆ ਵੱਲੋਂ ਆਪਣੇ ਇੰਡੀਆ ਦੇ ਕਮਰਸ ਮਿਨਿਸਟਰ ਨੇਗੇ, ਉਹ ਰੀਪ੍ਰੈਜੈਂਟ ਕਰਦੇ ਨੇ ਇੰਡੀਆ ਨੂੰ। ਦੂਜੀ ਨਿਊਜ਼ ਆ ਗਈ, ਆਇਰਲੈਂਡ ਦੂਜੀ ਕੰਟਰੀ ਬਣ ਚੁੱਕੀ ਹੈ ਜਿਨ੍ਹਾਂ ਨੇ ਕਲਾਈਮੇਟ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈ। ਪਹਿਲੀ ਕੰਟਰੀ ਕਿਹੜੀ ਸੀ? ਪਹਿਲੀ ਕੰਟਰੀ ਸੀਗੀ ਬ੍ਰਿਟੇਨ। ਕਲਾਈਮੇਟ ਐਮਰਜੈਂਸੀ ਤੋਂ ਇਹਨਾਂ ਦਾ ਮਤਲਬ ਵੀ ਇਹ ਕਹਿੰਦੇ ਵੀ ਅਸੀਂ 2030 ਤੱਕ ਕਲਾਈਮੇਟ ਮਤਲਬ ਕਾਰਬਨ ਨਿਊਟਰਲ ਹੋਣਾ ਹੈ, ਇਲੈਕਟ੍ਰਿਕ ਵਹੀਕਲ ਵੱਲ ਸ਼ਿਫਟ ਕਰ ਜਾਣਾ ਅਸੀਂ। ਤੇ ਇੱਕ ਨਾ ਬੱਚੇ ਸਟੂਡੈਂਟਸ ਕਾਫੀ ਕਨਫਿਊਜ਼ ਹੁੰਦੇ ਨੇ ਵੀ ਬ੍ਰਿਟੇਨ ਤੇ ਯੂਨਾਈਟਿਡ ਕਿੰਗਡਮ ਦੇ ਵਿੱਚ ਕੀ ਫਰਕ ਹੁੰਦਾ ਹੈ। ਸੋ ਆਪਾਂ ਮੈਂ ਤੁਹਾਨੂੰ ਦੱਸਦਾ, ਦੇਖੋ 3 ਕੰਟਰੀਜ਼ ਨੇਗੀਆਂ, ਇੰਗਲੈਂਡ, ਸਕਾਟਲੈਂਡ ਤੇ ਵੇਲਸ। ਇਹਨਾਂ ਤਿੰਨਾਂ ਨੂੰ ਮਿਲਾ ਕੇ ਬ੍ਰਿਟੇਨ ਬਣਦਾ ਹੈ, ਤੇ ਜੇ ਵਿੱਚ ਆਪਾਂ ਇਹਦੇ ਜੇ ਇਹਨਾਂ ਤਿੰਨ ਦੇ ਵਿੱਚ ਆਪਾਂ ਨਾਰਦਰਨ ਆਇਰਲੈਂਡ ਐਡ ਕਰ ਦਈਏ ਤਾਂ ਉਹ ਯੂਨਾਈਟਿਡ ਕਿੰਗਡਮ ਬਣ ਜਾਂਦਾ। ਇਹ ਇਹਨਾਂ ਦੇ ਵਿੱਚ ਫਰਕ ਸੀਗਾ। ਅਗਲੀ ਨਿਊਜ਼ ਆ ਗਈ, ਵਰਲਡ ਦੀ ਪਹਿਲੀ ਕ੍ਰਿਕਟ ਮੈਗਜ਼ੀਨ ਇੰਡੀਆ ਦੇ ਜੈਪੁਰ ਸ਼ਹਿਰ ਦੇ ਵਿੱਚ ਲਾਂਚ ਹੋਈ ਹੈ, ਜਿਹਦਾ ਨਾਮ ਹੈ ਕ੍ਰਿਕ ਜ਼ੋਨ। ਇਸ ਮੈਗਜ਼ੀਨ ਦੇ ਫਰੰਟ ਪੇਜ ਦੇ ਉੱਪਰ ਆਪਣੀ ਇੰਡੀਆ ਦੀ ਕ੍ਰਿਕਟ ਪਲੇਅਰ ਨੇਗੇ ਸਮ੍ਰਿਤੀ ਮੰਦਾਨਾ, ਉਹਨਾਂ ਦੀ ਮਤਲਬ ਫੋਟੋ ਲੱਗੀ ਹੋਈ ਹੈ। ਅਗਲੀ ਨਿਊਜ਼ ਆ ਗਈ, ਜਿਹੜੇ ਯੂਨਾਈਟਿਡ ਨੇਸ਼ਨ ਦੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇਗੇ, 17 ਟੋਟਲ ਗੋਲਸ ਨੇਗੇ, ਉਹਨਾਂ ਦੇ ਮਤਲਬ ਐਡਵੋਕੇਟ ਬਣਾਏ ਗਏ ਨੇ, ਤੇ ਉਹਨਾਂ ਵਿੱਚੋਂ ਆਪਣੀ ਇੰਡੀਆ ਦੀ ਜਿਹੜੀ ਐਕਟਰੈਸ ਨੇਗੇ ਦੀਆ ਮਿਰਜ਼ਾ, ਇਹਨਾਂ ਨੂੰ ਵੀ ਐਡਵੋਕੇਟ ਲਾਇਆ ਗਿਆ। ਕੁਝ ਕੁ ਗੱਲਾਂ ਆਪਾਂ ਸਸਟੇਨੇਬਲ ਡਿਵੈਲਪਮੈਂਟ ਗੋਲਸ ਬਾਰੇ ਪੜ੍ਹਦੇ ਹਾਂ। ਇਹ ਜਿਹੜੇ ਗੋਲ ਸੀਗੇ, ਪਹਿਲੀ ਵਾਰ ਜ਼ਿਕਰ ਇਹਨਾਂ ਦਾ ਯੂਨਾਈਟਿਡ ਨੇਸ਼ਨ ਕਾਨਫਰੰਸ ਔਨ ਸਸਟੇਨੇਬਲ ਡਿਵੈਲਪਮੈਂਟ ਹੋਈ ਸੀਗੀ ਜਿਹੜੀ ਰੀਓ ਬ੍ਰਾਜ਼ੀਲ ਦੇ ਸ਼ਹਿਰ ਵਿੱਚ, ਉੱਥੇ ਇਹਨਾਂ ਨੂੰ ਡਿਸਕਸ ਕਰਿਆ ਗਿਆ ਸੀਗਾ। ਪਹਿਲੀ ਵਾਰ ਇਹਨਾਂ ਦਾ ਜ਼ਿਕਰ ਹੋਇਆ ਸੀਗਾ ਤੇ ਉਸ ਸਮਿਟ ਨੂੰ ਰੀਓ ਪਲੱਸ 20 ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ? ਕਿਉਂਕਿ 1992 ਦੇ ਵਿੱਚ ਇਹ ਰੀਓ ਜਿਹੜਾ ਕਿ ਬ੍ਰਾਜ਼ੀਲ ਦਾ ਸ਼ਹਿਰ ਹੈ, ਇੱਥੇ ਹੀ ਰੀਓ ਸਮਿਟ ਹੋਇਆ ਸੀਗਾ। ਉਸ ਤੋਂ 20 ਸਾਲ ਬਾਅਦ ਇਸੇ ਸਮਿਟ ਨੂੰ ਮਤਲਬ ਰੀਓ ਪਲੱਸ 20 ਸਮਿਟ ਕਿਹਾ ਜਾਂਦਾ ਹੈ। ਇਹ ਗੋਲ ਅਡੋਪਟ ਕਦੋਂ ਹੋਏ ਸੀਗੇ? 2015 ਦੇ ਵਿੱਚ ਅਡੋਪਟ ਹੋਏ ਸੀਗੇ। ਟੋਟਲ 17 ਗੋਲ ਸੀਗੇ। 17 ਗੋਲ ਮਤਲਬ ਇਹ ਇਹਨਾਂ ਗੋਲ ਦੇ ਵਿੱਚ ਕੀ ਸੀਗਾ? ਮਤਲਬ ਜਿਹੜੇ ਵੀ ਇਨਵਾਇਰਮੈਂਟ ਹੋ ਗਏ, ਪੋਲੀਟੀਕਲ ਇਕੋਨਮਿਕ ਚੈਲੰਜ ਹੋ ਗਏ ਜਿਹੜੇ ਆਪਾਂ ਅੱਜ ਦੇ ਟਾਈਮ ਫੇਸ ਕਰ ਰਹੇ ਹਾਂ, ਆਪਾਂ ਉਹ ਸਾਰੇ ਗੋਲਸ ਨੂੰ 2030 ਤੱਕ ਅਚੀਵ ਕਰਨਾ। 3-4 ਗੋਲਸ ਮੈਂ ਤੁਹਾਨੂੰ ਦੱਸ ਦੇਣਾ, ਜਿਵੇਂ ਪਹਿਲਾ ਗੋਲ ਹੈਗਾ ਮਤਲਬ ਨੋ ਪੋਵਰਟੀ, ਪੋਵਰਟੀ ਨੂੰ ਖਤਮ ਕਰਨਾ। ਦੂਜਾ ਆ ਗਿਆ ਹੰਗਰ ਨੂੰ ਖਤਮ ਕਰਨਾ। ਤੀਜਾ ਆ ਗਿਆ ਹੈਲਥ। ਚੌਥਾ ਆ ਗਿਆ ਐਜੂਕੇਸ਼ਨ। ਐਵੇਂ ਕਰਦੇ ਕਰਦੇ 17 ਗੋਲ ਨੇ ਟੋਟਲ। ਹੁਣ ਤੁਹਾਡੇ ਲਈ ਪਹਿਲਾ ਕੁਐਸਚਨ, ਜਿਹੜਾ ਕਲਾਈਮੇਟ ਐਕਸ਼ਨ ਦੇ ਨਾਲ ਰਿਲੇਟਡ ਕਿਹੜਾ ਗੋਲ ਹੈ, ਕਿੰਨਵਾਂ ਨੰਬਰ ਗੋਲ ਹੈ, ਉਹ ਤੁਸੀਂ ਦੱਸਣਾ। ਅਗਲੀ ਨਿਊਜ਼ ਆ ਗਈ, ਜਸਟਿਸ ਏ ਐਸ ਓਕਾ ਮਤਲਬ ਕਰਨਾਟਕਾ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਅਪੁਆਇੰਟ ਹੋਏ ਨੇ। ਇਹਨਾਂ ਨੇ ਓਥ ਲੈ ਲਈ ਹੈ। ਤੇ ਜਿਹੜੇ ਹਾਈ ਕੋਰਟ ਦੇ ਜੱਜਿਸ ਹੁੰਦੇ ਨੇ ਉਹ ਕਿਵੇਂ ਅਪੁਆਇੰਟ ਹੁੰਦੇ ਨੇਗੇ? ਦੇਖੋ ਕੱਲ ਵੀ ਦੱਸਿਆ ਸੀਗਾ ਮੈਂ ਤੁਹਾਨੂੰ, ਆਰਟੀਕਲ 217 ਇੰਡੀਅਨ ਕੋਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਵੀ ਜਿਹੜਾ ਚੀਫ ਜਸਟਿਸ ਹੋਊਗਾ ਹਾਈ ਕੋਰਟ ਦਾ, ਉਹਨੂੰ ਪ੍ਰੈਜ਼ੀਡੈਂਟ ਅਪੁਆਇੰਟ ਕਰੂਗਾ ਆਫਟਰ ਕੰਸਲਟਿੰਗ ਚੀਫ ਜਸਟਿਸ ਆਫ ਇੰਡੀਆ ਤੇ ਗਵਰਨਰ ਆਫ ਸਟੇਟ। ਦੂਜਾ ਕੁਐਸਚਨ ਅੱਜ ਦਾ ਤੁਸੀਂ ਦੱਸਣਾ ਵੀ ਕਰਨਾਟਕਾ ਦਾ ਗਵਰਨਰ ਕੌਣ ਨੇ? ਤੇ ਇਸ ਤੋਂ ਬਾਅਦ ਜਿਹੜੇ ਅਦਰ ਬਾਕੀ ਦੇ ਜੱਜ ਹੋਗੇ ਉਹਨਾਂ ਨੂੰ ਕੌਣ ਅਪੁਆਇੰਟ ਕਰੂਗਾ? ਉਹਨਾਂ ਨੂੰ ਵੀ ਪ੍ਰੈਜ਼ੀਡੈਂਟ ਅਪੁਆਇੰਟ ਕਰੂਗਾ, ਬਟ ਇੱਥੇ ਗਵਰਨਰ ਤੇ ਚੀਫ ਜਸਟਿਸ ਆਫ ਜਿਹੜੇ ਕੰਸਰਨ ਹਾਈ ਕੋਰਟ ਹੋਊਗੀ, ਕਰਨਾਟਕਾ ਦੀ ਹਾਈ ਕੋਰਟ ਹੀ ਹੋਊਗੀ, ਉਹਨਾਂ ਦੇ ਉੱਥੋਂ ਦੇ ਚੀਫ ਜਸਟਿਸ ਨੂੰ ਕੰਸਲਟ ਕਰਕੇ ਬਾਕੀ ਦੇ ਜੱਜ ਅਪੁਆਇੰਟ ਹੋਣਗੇ। ਇਹ ਸੀਗੀ ਨਿਊਜ਼। ਹੁਣ ਆਪਾਂ ਚੱਲਦੇ ਹਾਂ MCQs ਤੇ। ਪਹਿਲਾ ਕੁਐਸਚਨ ਆ ਗਿਆ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਚੰਦਰਯਾਨ 2 ਮਿਸ਼ਨ। ਇਹ ਬਸ ਥੋੜ੍ਹੇ ਹੀ ਟਾਈਮ ਦੇ ਅੰਦਰ ਲਾਂਚ ਹੋਣ ਵਾਲਾ ਇਹ ਮਿਸ਼ਨ। ਸੋ ਪਹਿਲੀ ਆਪਸ਼ਨ ਹੈਗੀ ਇਹਦੀ, ਇਟ ਵਿਲ ਬੀ ਏ ਓਰਬਿਟਰ ਲੈਂਡਰ ਐਂਡ ਰੋਵਰ ਮਿਸ਼ਨ ਟੂ ਬੀ ਲੈਂਡਡ ਔਨ ਫਾਰ ਸਾਈਡ ਆਫ ਮੂਨ। ਦੇਖੋ ਇਹ ਓਰਬਿਟ ਮਿਸ਼ਨ ਵੀ ਓਰਬਿਟਰ ਲੈਂਡਰ ਤੇ ਰੋਵਰ ਮਿਸ਼ਨ ਤਾਂ ਹੈਗਾ, ਪਰ ਇਹ ਫਾਰ ਸਾਈਡ ਆਫ ਮੂਨ ਦੇ ਲੈਂਡ ਨਹੀਂ ਕਰਨਾ, ਇਹਨੇ ਲੈਂਡ ਕਰਨਾ ਮੂਨ ਦੇ ਸਾਊਥ ਪੋਲ ਦੇ ਉੱਪਰ। ਠੀਕ ਹੈ ਜੀ, ਇਹ ਆਪਸ਼ਨ ਹੋ ਗਈ ਗਲਤ। ਅਗਲੀ ਆ ਗਈ, ਜਿਹੜਾ ਲੈਂਡਰ ਹੈਗਾ ਉਹਦਾ ਨਾਮ ਹੈਗਾ ਪ੍ਰਗਿਆਨ ਤੇ ਰੋਵਰ ਹੈਗਾ ਉਹਦਾ ਨਾਮ ਹੈਗਾ ਵਿਕਰਮ। ਇਹ ਓਪੋਜ਼ਿਟ ਨੇਗੇ, ਲੈਂਡਰ ਦਾ ਨਾਮ ਹੈਗਾ ਵਿਕਰਮ ਤੇ ਰੋਵਰ ਦਾ ਨਾਮ ਹੈਗਾ ਪ੍ਰਗਿਆਨ। ਸੋ ਇਹ ਦੋਵੇਂ ਆਪਸ਼ਨ ਗਲਤ ਹੋ ਗਈਆਂ। ਇਹਦਾ ਆਨਸਰ ਆ ਗਿਆ ਡੀ, ਨਨ ਆਫ ਦੀਜ਼। ਆ ਦੇਖੋ ਇਹ ਜਿਹੜਾ ਮੂਨ ਹੈ ਉਹਦੇ ਸਾਊਥ ਪੋਲ ਦੇ ਉੱਪਰ ਲੈਂਡ ਕਰੂਗਾ। ਜਿਹੜਾ ਫਾਰ ਸਾਈਡ ਆਫ ਮੂਨ ਹੈਗੀ, ਜਿਹੜਾ ਇੱਥੇ ਨਾ ਜਿਹੜਾ ਚਾਈਨਾ ਦਾ ਚੈਂਗੀ ਫੋਰਮੇਸ਼ਨ ਹੈਗਾ, ਉਹਨੇ ਮਤਲਬ ਮਹੀਨਾ ਦੋ ਮਹੀਨੇ ਪਹਿਲਾਂ ਉਹਨੇ ਇਹ ਫਾਰ ਸਾਈਡ ਦੇ ਫਾਰ ਸਾਈਡ ਮੂਨ ਦੀ ਫਾਰ ਸਾਈਡ ਤੇ ਲੈਂਡ ਕਰਿਆ ਸੀਗਾ। ਠੀਕ ਹੈ, ਇੱਥੇ ਤੁਸੀਂ ਕਨਫਿਊਜ਼ ਨਹੀਂ ਹੋਣਾ ਫਾਰ ਸਾਈਡ ਤੇ ਸਾਊਥ ਪੋਲ ਦੇ ਵਿੱਚ। ਨੋਟ ਕਰਨ ਵਾਲੀ ਗੱਲ, ਜਿਹੜਾ ਚੰਦਰਯਾਨ 2 ਮਿਸ਼ਨ ਹੋਊਗਾ ਇਹਨੂੰ GSLV Mark 3 ਤੋਂ ਲਾਂਚ ਕਰਿਆ ਜਾਊਗਾ। ਅਗਲੇ ਕੁਐਸਚਨ ਦੇ ਉੱਪਰ ਚੱਲਦੇ ਹਾਂ।
ਕਹਿੰਦਾ ਵਿਚ ਆਫ ਦ ਫੋਲੋਇੰਗ ਕੰਡੀਸ਼ਨਸ ਲੀਡਸ ਟੂ ਲੈਪਸ ਆਫ ਬਿੱਲ ਇਨ ਪਾਰਲੀਮੈਂਟ। ਪਹਿਲੀ ਆਪਸ਼ਨ, ਇਹ ਬਿੱਲ ਓਰੀਜਿਨੇਟਡ ਇਨ ਲੋਕ ਸਭਾ ਬਟ ਨੋਟ ਪਾਸਡ ਇਨ ਰਾਜ ਸਭਾ ਸ਼ੈਲ ਲੈਪਸਡ। ਇਹ ਆਪਸ਼ਨ ਠੀਕ ਹੈਗੀ। ਦੂਜੀ ਆਪਸ਼ਨ ਕਹਿੰਦੀ ਹੈ ਇਹ ਬਿੱਲ ਪੈਂਡਿੰਗ ਇਨ ਰਾਜ ਸਭਾ ਐਂਡ ਨੋਟ ਪਾਸਡ ਇਨ ਲੋਕ ਸਭਾ ਡਜ਼ ਨੋਟ ਲੈਪਸ। ਇਹ ਵੀ ਆਪਸ਼ਨ ਠੀਕ ਹੈ। ਮਤਲਬ ਕੋਈ ਬਿੱਲ ਰਾਜ ਸਭਾ ਚ ਮਤਲਬ ਹਲੇ ਪੈਂਡਿੰਗ ਹੈ, ਪਾਸ ਹੋਇਆ ਨਹੀਂ, ਪਰ ਉਹ ਲੋਕ ਸਭਾ ਚ ਵੀ ਨਹੀਂ ਹਲੇ ਪੈਂਡਿੰਗ, ਮਤਲਬ ਲੋਕ ਸਭਾ ਚ ਹਲੇ ਪਾਸ ਹੋਈ ਨਹੀਂ, ਉਹ ਕਿਵੇਂ ਲੈਪਸ ਹੋ ਜੂਗਾ। ਸੋ ਇਹ ਵੀ ਆਪਸ਼ਨ ਠੀਕ ਹੈਗੀ, ਇਹਦਾ ਆਨਸਰ ਆਜੂਗਾ ਬੋਥ ਬੋਥ ਆਰ ਕਰੈਕਟ। ਕੋਨਸਟੀਟਿਊਸ਼ਨ ਦੇ ਆਰਟੀਕਲ 107 ਦੇ ਵਿੱਚ ਇਹ ਕੰਡੀਸ਼ਨ ਦੱਸੀਆਂ ਹੋਈਆਂ ਨੇ ਵੀ ਕਿਵੇਂ ਕੋਈ ਬਿੱਲ ਲੈਪਸ ਹੁੰਦਾ ਤੇ ਕਿਵੇਂ ਕੋਈ ਬਿੱਲ ਲੈਪਸ ਨਹੀਂ ਹੁੰਦਾ। ਇਹ ਕੁਝ ਹੋਰ ਕੰਡੀਸ਼ਨ, ਬਾਕੀ ਕੰਡੀਸ਼ਨ ਵੀ ਸੀਗੀਆਂ, ਇਹ ਤੁਸੀਂ ਪੜ੍ਹ ਲਿਓ। ਤੇ ਇਹ ਨਿਊਜ਼ 'ਚ ਕਿਉਂ ਸੀਗੇ, ਕਿਉਂਕਿ ਦੇਖੋ ਜਿਹੜਾ ਲੋਕ ਸਭਾ ਦਾ ਲਾਸਟ ਸੈਸ਼ਨ ਸੀਗਾ, ਇਸ ਜਿਹੜੀ ਹੁਣ ਪ੍ਰੈਜੈਂਟ ਲੋਕ ਸਭਾ ਚੱਲ ਰਹੀ ਸੀਗੀ, ਇਹਦਾ ਲਾਸਟ ਸੈਸ਼ਨ ਸੀਗਾ, ਇਹਦੇ ਵਿੱਚ ਕਈ ਇੰਪੋਰਟੈਂਟ ਬਿੱਲ ਸੀਗੇ ਉਹ ਲੈਪਸ ਹੋ ਚੁੱਕੇ ਨੇ, ਜਿਵੇਂ ਕਿ ਆਪਣਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ, ਇਹ ਲੈਪਸ ਹੋ ਗਿਆ। ਟਰਾਂਸਜੈਂਡਰ ਪਰਸਨ ਬਿੱਲ, ਇਹ ਲੈਪਸ ਹੋ ਗਿਆ। ਟ੍ਰਿਪਲ ਤਲਾਕ ਬਿੱਲ ਸੀਗਾ, ਉਹ ਵੀ ਲੈਪਸ ਹੋ ਗਿਆ ਸੀਗਾ। ਸੋ ਸਟੈਟਿਕ ਪੋਰਸ਼ਨ ਦੇ ਅਕੋਰਡਿੰਗ ਮਤਲਬ ਪੋਲਿਟੀ ਦਾ ਜਿਹੜਾ ਬਣਦਾ ਸੀਗਾ, ਉਹਦੇ ਲਈ ਇਹ ਕੁਐਸਚਨ ਇੰਪੋਰਟੈਂਟ ਸੀਗਾ। ਅਗਲੇ ਕੁਐਸਚਨ ਉੱਪਰ ਚੱਲਦੇ ਹਾਂ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ। ਇਸ ਆਰਗੇਨਾਈਜੇਸ਼ਨ ਦੇ ਬਾਰੇ ਕੁਝ ਸਟੇਟਮੈਂਟ ਦੱਸੀਆਂ ਹੋਈਆਂ ਨੇ, ਆਪਾਂ ਦੇਖਣਾ ਵੀ ਇਹਨਾਂ 'ਚ ਕਿਹੜੀ ਕਰੈਕਟ ਹੈ। ਪਹਿਲੀ ਸਟੇਟਮੈਂਟ ਕੀ ਹੈ, ਦਾ 46th ਸਮਿਟ ਆਫ OIC ਵਾਜ਼ ਹੈਲਡ ਐਟ ਅਬੂ ਧਾਬੀ UAE। ਇਹ ਆਪਸ਼ਨ ਠੀਕ ਹੈਗੀ, ਇੱਥੇ ਹੀ ਸਬਮਿਟ ਹੋਇਆ ਸੀ ਇਹਨਾਂ ਦਾ। ਦੂਜਾ, ਇੰਡੀਆ ਹੈਜ਼ ਓਬਜ਼ਰਵਰ ਸਟੇਟਸ ਟੂ ਦਿਸ ਆਰਗੇਨਾਈਜੇਸ਼ਨ। ਇਹ ਆਪਸ਼ਨ ਹੈਗੀ ਗਲਤ। ਤੀਸਰੀ ਆਪਸ਼ਨ ਆ ਗਈ, ਇਟ ਇਜ਼ ਹੈਡਕੁਆਟਰ ਐਟ ਰਿਆਦ ਸਾਊਦੀ ਅਰੇਬੀਆ। ਇਹ ਆਪਸ਼ਨ ਵੀ ਹੈਗੀ ਹੈ ਗਲਤ। ਇਹਦਾ ਆਨਸਰ ਆ ਗਿਆ B1 ਓਨਲੀ। ਕਿਉਂ ਗਲਤ ਨੇ ਬਾਕੀ ਆਪਸ਼ਨ? ਦੇਖੋ, ਪਹਿਲੀ ਗੱਲ, ਜਦੋਂ ਇਹ ਆਰਗੇਨਾਈਜੇਸ਼ਨ 1969 ਦੇ ਵਿੱਚ ਬਣਾਈ ਗਈ ਸੀਗੀ, ਜਦੋਂ ਦੀ ਇਹ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਇੰਡੀਆ ਨੂੰ ਇਸ ਆਰਗੇਨਾਈਜੇਸ਼ਨ ਦੀ ਮੀਟਿੰਗ ਦੇ ਵਿੱਚ ਇਨਵਾਈਟ ਕਰਿਆ ਗਿਆ। ਸੋ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਬਣਦਾ ਆਪਣੇ ਲਈ। ਇੰਡੀਆ ਵੱਲੋਂ ਸੁਸ਼ਮਾ ਸਵਰਾਜ ਜਿਹੜੇ ਆਪਣੇ ਐਕਸਟਰਨਲ ਅਫੇਅਰ ਮਿਨਿਸਟਰ ਨੇਗੇ, ਉਹਨਾਂ ਨੇ ਇਹ ਮੀਟਿੰਗ ਅਟੈਂਡ ਕਰੀ ਸੀਗੀ। ਇਸ ਆਰਗੇਨਾਈਜੇਸ਼ਨ ਦਾ ਹੈੱਡਕੁਆਟਰ ਰਿਆਦ 'ਚ ਨਹੀਂ ਹੈਗਾ, ਜੇਦਾ ਦੇ ਵਿੱਚ ਹੈਗਾ, ਜਿਹੜਾ ਕਿ ਸਾਊਦੀ ਅਰੇਬੀਆ ਦੇ ਵਿੱਚ ਇੱਕ ਸਿਟੀ ਹੈਗੀ। 57 ਇਸ ਆਰਗੇਨਾਈਜੇਸ਼ਨ ਦੇ ਮੈਂਬਰ ਨੇ। ਤੁਸੀਂ ਇੱਕ ਗੱਲ ਨੋਟ ਜ਼ਰੂਰ ਕਰਿਓ, ਇੰਡੀਆ ਇਹਦਾ ਮੈਂਬਰ ਨਹੀਂ ਹੈਗਾ, ਅਤੇ ਇਸ 'ਤੇ ਅਬਜ਼ਰਵਰ ਸਟੇਟਸ ਵੀ ਨਹੀਂ ਇੰਡੀਆ ਨੂੰ ਮਿਲਿਆ ਹੋਇਆ। ਮੈਂਬਰ ਤਾਂ ਹੈ ਹੀ ਨਹੀਂ, ਅਤੇ ਇਸ ਤੋਂ ਇਲਾਵਾ ਅਬਜ਼ਰਵਰ ਸਟੇਟਸ ਵੀ ਨਹੀਂ ਹੈਗਾ ਇੰਡੀਆ ਕੋਲ। ਇੱਥੇ ਟ੍ਰਿਕੀ ਆਪਸ਼ਨ ਬਣ ਜਾਂਦੇ, ਤੁਸੀਂ ਕਨਫਿਊਜ਼ ਹੋ ਜਾਓਗੇ। ਸੋ ਧਿਆਨ ਨਾਲ ਇਹ ਸਟੇਟਮੈਂਟ ਨੂੰ ਨੋਟ ਕਰਿਓ। ਇਹਦਾ ਏਮ ਉਹੀ ਹੈ, ਮਤਲਬ ਇਹ ਬਾਕੀ ਆਰਗੇਨਾਈਜੇਸ਼ਨ ਦਾ ਜਿਵੇਂ ਹੁੰਦਾ ਵੀ, ਮਤਲਬ ਇਹ ਮੁਸਲਿਮ ਮੈਜੋਰਟੀ, ਮਤਲਬ ਮੁਸਲਿਮ ਲਈ ਜਿਹੜੀ ਜਿਹੜੇ ਵੀ ਕੰਟਰੀ ਮੁਸਲਿਮ ਮੈਜੋਰਟੀ ਕੰਟਰੀ ਨੇ ਉਹਨਾਂ ਦੀ ਇਹ ਆਰਗੇਨਾਈਜੇਸ਼ਨ ਹੈ ਕਿ ਏਮ ਕੀ ਹੈ ਦਾ ਇਸਲਾਮਿਕ ਸੋਸ਼ਲ ਐਂਡ ਇਕੋਨਮਿਕ ਵੈਲਿਊਜ਼ ਟੂ ਪ੍ਰਮੋਟ ਸੋਲੀਡੈਰਿਟੀ ਅਮੰਗ ਮੈਂਬਰ ਸਟੇਟਸ ਐਕਸੈਟਰਾ। ਇਹ ਸਾਰੇ ਮਤਲਬ ਇਹਦੇ ਏਮ ਨੇਗੇ। ਅਗਲਾ ਕੁਐਸਚਨ ਆ ਗਿਆ, ਫਾਈਂਡ ਦਾ ਕਰੈਕਟ ਮੈਚ ਆਫ ਦਾ ਫੋਲੋਇੰਗ ਅਵਾਰਡਸ। ਇਹ ਅਵਾਰਡਸ ਦੇਖੋ ਆਪਣੇ ਨਰਿੰਦਰ ਮੋਦੀ ਜਿਹੜੇ PM ਨੇ ਉਹਨਾਂ ਨੂੰ ਮਿਲੇ ਹੋਏ ਸੀਗੇ 2016 ਤੋਂ ਲੈ ਕੇ 2019 ਤੱਕ, ਜਿੰਨੇ ਵੀ ਅਵਾਰਡਸ ਮਿਲੇ ਸੀਗੇ ਉਹਦੇ ਅਵਾਰਡ ਦੇ ਉੱਪਰ ਹੀ ਕੁਐਸਚਨ ਬਣਾਤਾ ਮੈਂ। ਹੁਣ ਆਪਾਂ ਦੇਖਦੇ ਹਾਂ ਕਿਹੜਾ ਇਹਨਾਂ 'ਚੋਂ ਕਰੈਕਟ ਮੈਚ ਹੈਗਾ। ਪਹਿਲਾ ਆ ਗਿਆ ਚੈਂਪੀਅਨਸ ਆਫ ਅਰਥ ਅਵਾਰਡ, ਇਹ ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ ਨੇ ਦਿੱਤਾ। ਦੇਖੋ ਬਿਲਕੁਲ ਠੀਕ ਆਪਸ਼ਨ ਹੈਗੀ। ਦੂਜਾ ਕੁਐਸਚਨ ਅੱਜ ਦਾ, ਤੁਸੀਂ ਇਹ ਦੱਸਣਾ ਵੀ ਨਰਿੰਦਰ ਮੋਦੀ ਜੀ ਦੇ ਨਾਲ ਹੋਰ ਕਿਹੜੇ ਪਰਸਨ ਸੀਗੇ ਜਿਨ੍ਹਾਂ ਨੂੰ ਇਹ ਅਵਾਰਡ ਦਿੱਤਾ ਗਿਆ, ਚੈਂਪੀਅਨਸ ਆਫ ਅਰਥ ਅਵਾਰਡ। ਅਗਲਾ ਆਪਸ਼ਨ ਆ ਗਈ, ਆਰਡਰ ਆਫ ਕਿੰਗ ਅਬਦੁਲ ਅਜ਼ੀਜ਼ ਅਵਾਰਡ, ਇਹ ਅਫਗਾਨਿਸਤਾਨ ਨੇ ਦਿੱਤਾ। ਇਹ ਆਪਸ਼ਨ ਗਲਤ ਹੈਗੀ। ਤੀਜੀ ਆਪਸ਼ਨ ਆ ਗਈ, ਅਮੀਰ ਅਬਦੁੱਲਾ ਅਵਾਰਡ, ਇਹ ਸਾਊਦੀ ਅਰੇਬੀਆ ਨੇ ਦਿੱਤਾ। ਇਹ ਆਪਸ਼ਨ ਵੀ ਗਲਤ ਹੈ। ਬੇਸਿਕਲੀ ਇਹ ਦੋ ਆਪਸ਼ਨ ਓਪੋਜ਼ਿਟ ਨੇਗੇ। ਜਿਹੜਾ ਅਬਦੁਲ ਅਜ਼ੀਜ਼ ਅਵਾਰਡ ਹੈ ਉਹ ਸਾਊਦੀ ਅਰੇਬੀਆ ਨੇ ਦਿੱਤਾ ਸੀਗਾ ਮੋਦੀ ਜੀ ਨੂੰ, ਤੇ ਜਿਹੜਾ ਅਮੀਰ ਅਬਦੁੱਲਾ ਅਵਾਰਡ ਹੈ ਉਹ ਅਫਗਾਨਿਸਤਾਨ ਨੇ ਦਿੱਤਾ ਸੀਗਾ ਮੋਦੀ ਜੀ ਨੂੰ। ਅਗਲਾ ਆ ਗਿਆ ਆਰਡਰ ਆਫ ਸੈਂਟ ਐਂਡਰਿਊ, ਇਹ ਬਹੁਤ ਹੀ, ਇਹ ਮਤਲਬ ਕਾਫੀ ਰੀਸੈਂਟ ਅਵਾਰਡ ਦਿੱਤਾ ਗਿਆ ਮੋਦੀ ਜੀ ਨੂੰ, ਇਹ ਰਸ਼ੀਆ ਨੇ ਹੀ ਦਿੱਤਾ। ਸੋ ਇਹਦਾ ਆਨਸਰ ਆ ਗਿਆ 1 and 4। ਇਹ ਹੋਰ ਵੀ ਕਈ ਪ੍ਰਾਈਜ਼ ਮਿਲੇ ਸੀਗੇ ਨਰਿੰਦਰ ਮੋਦੀ ਜੀ ਨੂੰ, ਉਹ ਮੈਂ ਸਾਰੇ ਇੱਥੇ ਲਿਖਤੇ, ਜਿਵੇਂ ਕਿ ਸਿਓਲ ਪੀਸ ਪ੍ਰਾਈਜ਼ ਇਹ ਸਾਊਥ ਕੋਰੀਆ ਨੇ ਦਿੱਤਾ ਮੋਦੀ ਜੀ ਨੂੰ, ਗ੍ਰੈਂਡ ਕਾਲਰ ਆਫ ਪੈਲਸਟੀਨ ਜਿੱਥੇ ਕਿ G77 ਦੀ ਮੀਟਿੰਗ ਵੀ ਹੋਈ ਸੀਗੀ ਪੈਲਸਟੀਨ ਦੇ ਵਿੱਚ, ਉਹ ਪੈਲਸਟੀਨ ਨੇ ਇਹਨਾਂ ਨੂੰ ਮੋਦੀ ਜੀ ਨੂੰ ਦਿੱਤਾ ਸੀਗਾ। ਜ਼ਾਇਦ ਮੈਡਲ ਇਹ ਵੀ ਪਿੱਛੇ ਜਿਹਨੂੰ ਨਰਿੰਦਰ ਮੋਦੀ ਜੀ ਨੂੰ ਮਿਲਿਆ, ਇਹ ਯੂਨਾਈਟਿਡ ਅਰਬ ਇਮੈਰੇਟਸ ਨੇ ਦਿੱਤਾ ਸੀਗਾ ਮੋਦੀ ਜੀ ਨੂੰ, ਤੇ ਫਲਿਪ ਕੋਟਲ ਪ੍ਰਾਈਜ਼ ਇਹ USA ਨੇ ਦਿੱਤਾ ਸੀਗਾ। ਸੋ ਮੈਚ ਦਾ ਫੋਲੋਇੰਗ ਵੀ ਕਰਾ ਸਕਦੇ ਨੇ ਤੁਹਾਡੇ ਤੋਂ ਇਹਨਾਂ ਅਵਾਰਡ ਨੂੰ ਲੈ ਕੇ। ਅਗਲੇ ਕੁਐਸਚਨ ਉੱਪਰ ਚੱਲਦੇ ਹਾਂ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਕੰਟਰੀ ਸੁਡਾਨ। ਸੁਡਾਨ ਕੰਟਰੀ ਦੇ ਬਾਰੇ ਕੁਝ, ਇਹ ਦੋ ਸਟੇਟਮੈਂਟ ਦਿੱਤੀਆਂ ਗਈਆਂ ਨੇ, ਤੁਸੀਂ ਦੱਸਣਾ ਇਹਨਾਂ 'ਚੋਂ ਕਿਹੜੀ ਸਟੇਟਮੈਂਟ ਕਰੈਕਟ ਹੈਗੀ। ਪਹਿਲੀ ਆਪਸ਼ਨ ਆ ਗਈ, ਸੁਡਾਨ ਇਜ਼ ਅ ਲੈਂਡਲੋਕ ਕੰਟਰੀ। ਦੂਜੀ ਆਪਸ਼ਨ ਆ ਗਈ, ਸੁਡਾਨ ਇਜ਼ ਦਾ ਲਾਰਜੈਸਟ ਕੰਟਰੀ ਆਫ ਅਫਰੀਕਾ। ਇਹਦਾ ਆਨਸਰ ਪਹਿਲਾ ਬਿਲਕੁਲ ਵੀ ਨਹੀਂ ਹੈਗਾ, ਇਹਦਾ ਆਨਸਰ ਹੈਗਾ D। ਇਹ ਦੋਵੇਂ ਸਟੇਟਮੈਂਟ ਗਲਤ ਨੇ ਹੈਗੀਆਂ। ਕਿਉਂ ਗਲਤ ਨੇ ਉਹ ਆਪਾਂ ਮੈਪ ਤੋਂ ਦੇਖਦੇ ਹਾਂ। ਦੇਖੋ ਸੁਡਾਨ ਹੈਗੀ ਜਿਹੜੀ ਉਹ ਲੈਂਡਲੋਕ ਕੰਟਰੀ ਨਹੀਂ ਹੈਗੀ। ਪਹਿਲੀ ਗੱਲ ਉਹਦਾ ਬਾਰਡਰ ਆਹ ਸੀਗੀ ਸੁਡਾਨ ਕੰਟਰੀ, ਇਹਦਾ ਬਾਰਡਰ ਲੱਗਦਾ ਰੈੱਡ ਸੀ ਨਾਲ, ਆਹ ਰੈੱਡ ਸੀ ਹੈਗਾ। ਦੂਜਾ ਤੀਜਾ ਕੁਐਸਚਨ ਅੱਜ ਦਾ ਤੁਹਾਡੇ ਲਈ, ਜਿਹੜੀ ਆਹ
ਸਟ੍ਰੇਟ ਹੈਗੀ, ਇੱਥੇ ਇੱਕ ਸਟ੍ਰੇਟ ਹੈਗੀ, ਤੁਸੀਂ ਇਹ ਸਟ੍ਰੇਟ ਦਾ ਨਾਮ ਦੱਸਣਾ ਹੈਗਾ। ਤੇ ਰੈੱਡ ਸੀ ਨੂੰ ਇਹ ਬਾਰਡਰ ਕਰਦਾ ਹੈ। ਤੇ ਸੁਡਾਨ ਅਫਰੀਕਾ ਦੀ ਲਾਰਜੈਸਟ ਕੰਟਰੀ ਨਹੀਂ ਸੀਗੀ, ਹੁੰਦੀ ਸੀਗੀ 2011 ਤੋਂ ਪਹਿਲਾਂ, ਪਰ 2011 ਚ ਜਦੋਂ ਸਾਊਥ ਸੁਡਾਨ ਸੁਡਾਨ ਤੋਂ ਅਲੱਗ ਹੋਇਆ, ਉਸ ਤੋਂ ਬਾਅਦ ਅਲਜੀਰੀਆ ਜਿਹੜੀ ਕੰਟਰੀ ਹੈਗੀ ਉਹ ਅਫਰੀਕਾ ਦੀ ਲਾਰਜੈਸਟ ਕੰਟਰੀ ਬਣ ਚੁੱਕੀ ਹੈਗੀ। ਨਿਊਜ਼ ਚ ਕਿਉਂ ਹੈ ਸੁਡਾਨ? ਦੇਖੋ ਸੁਡਾਨ ਚ ਨਾ ਤਖਤਾ ਪਲਟ ਕਰਤਾ, ਸੁਡਾਨ ਦੀ ਮਿਲਟਰੀ ਨੇ ਜਿਹੜੇ ਉੱਥੋਂ ਦੇ ਪ੍ਰੈਜੀਡੈਂਟ ਸੀਗੇ ਉਮਰ ਅਲ ਬਸ਼ਾਰ, ਉਹਨਾਂ ਨੂੰ ਮਤਲਬ ਹਟਾ ਦਿੱਤਾ ਗਿਆ। 30 ਸਾਲ ਤੋਂ ਰਾਜ ਕਰ ਰਹੇ ਸੀਗੇ ਸੁਡਾਨ ਦੇ ਉੱਪਰ। ਸੁਡਾਨ ਦੀ ਸੋ ਪੇਪਰ ਪੁਆਇੰਟ ਆਫ ਵਿਊ ਆਪਣੇ ਲਈ ਸੁਡਾਨ ਦੀ ਲੋਕੇਸ਼ਨ ਇੰਪੋਰਟ ਕਾਫੀ ਜ਼ਿਆਦਾ ਇੰਪੋਰਟੈਂਟ ਬਣਦੀ ਹੈਗੀ। ਠੀਕ ਹੈ, ਸੋ ਇਹ ਸੀ ਅੱਜ ਦੇ ਕਰੰਟ ਅਫੇਅਰਸ। ਮਿਲਦੇ ਹਾਂ ਕੱਲ੍ਹ ਦੀ ਵੀਡੀਓ ਨਾਲ। ਧੰਨਵਾਦ।